ਮਰਹਬ ਦੇ ਮੁਕਾਬਲੇ ਚ ਜਦੋਂ ਅਲੀ ਅਲੈਹਿਸ ਸਲਾਮ ਨੂੰ ਭੇਜਿਆ ਤੇ ਮਰਹਬ ਨੇ ਨਜੂਮੀ ਨੂੰ ਸੱਦਿਆ, ਨਜੂਮੀ ਨੂੰ ਆਖਦਾ ਕਿ ਅੱਜ ਮੇਰਾ ਦਿਲ ਕਿਉਂ ਘਬਰਾ ਰਿਹਾ। ਨਜੂਮੀ ਨੇ ਆਖਿਆ ਅੱਜ ਉਹ ਬੰਦਾ ਆ ਗਿਆ ਜਿਹਨੇ ਤੇਰੀ ਇੱਟ ਨਾਲ ਇੱਟ ਖੜਕਾ ਦੇਣੀ ਆ। ਉਹਦੀ ਮਾਂ ਨੇ ਆਖਿਆ ਸੀ ਹੈਦਰ ਨਾਮ ਦੇ ਬੰਦੇ ਨਾਲ ਨਾ ਲੜੀ। ਸ਼ਾਹਜੀ ਜਦੋਂ ਅਲੀ ਅਲੈਹਿਸ ਸਲਾਮ ਗਏ ਤੇ ਮਰਹਬ ਵੇਖ ਕੇ ਕਹਿੰਦਾ ਆਵਾ, ਤਵਜੋ ਕਰੀ ਪੀਰ ਜੀ, ਮਰਹਬ ਕਹਿੰਦਾ ਅਲੀ ਅਲੈਹਿਸ ਸਲਾਮ ਨੂੰ ਆਵਾ। ਅਲੀ ਅਲੈਹਿਸ ਸਲਾਮ ਕਹਿੰਦੇ ਅੱਜ ਤੂੰ ਨਹੀਂ ਆਉਣਾ, ਅੱਜ ਮੈਂ ਆਉਣਾ। ਅਲੀ ਅਲੈਹਿਸ ਸਲਾਮ ਦੇ ਮੁਕਾਬਲੇ ਚ ਆ ਗਿਆ ਮਰਹਬ। ਮਰਹਬ ਕੀ ਆਖਦਾ, ਉਹ ਜਾ ਪਿੱਛੇ ਮੁੜ ਜਾ, ਤੁਹਾਡੇ ਵੱਡੇ ਵੱਡੇ ਜਵਾਨ ਮੇਰੇ ਅੱਗੇ ਨਹੀਂ ਆਉਣੇ, ਤੂੰ ਤੇ ਛੋਟੇ ਜਿਹੇ ਕੱਦ ਦਾ ਬੰਦਾ, ਜਾਂ ਪਿੱਛੇ ਮੁੜ ਜਾ, ਆਪਣੇ ਬੱਚੇ ਨਾਲ ਯਤੀਮ ਕਰ। ਤੇ ਸਰਕਾਰ ਅਲੀ ਅਲੈਹਿਸ ਸਲਾਮ ਫਰਮਾਉਂਦੇ ਆ ਲਾਣਤੀ ਆ, ਉਹ ਮੁਹੰਮਦੀਆਂ ਦਾ ਕੰਮ ਨਹੀਂ, ਮੈਦਾਨ ਜਾ ਕੇ ਵਾਪਸ ਜਾਣਾ, ਅਸੀਂ ਆ ਚੁੱਕੇ ਹਾਂ। ਮਰਹਬ ਨੂੰ ਕਹਿੰਦੇ ਵਾਰ ਕਰ। ਮਰਹਬ ਨੇ ਵਾਰ ਕੀਤਾ ਤੇ ਮੌਲਾ ਨੇ ਤਿੰਨੇ ਵਾਰ ਰੋਕੇ। ਮੌਲਾ ਨੇ ਤਲਵਾਰ ਸਿਰ ਤੇ ਰੱਖੀ, ਤਕੜਾ ਹੋ ਜਾ ਮਰਹਬ, ਸਾਡਾ ਵਾਰ ਆਉਣ ਲੱਗਾ। ਤੇ ਇੱਕ ਯਾਦ ਰੱਖੀ ਕਿ ਕਰ ਇਹ ਤਰਾਮ ਸਜਦਾ ਦਾ ਉੱਚਾ ਮਕਾਮ ਸਜਦਾ ਦਾ। ਕਰ ਗਏ ਰਾਜੀ ਨੌਕਰੀ।
ਬੜੀ